ਖਬਰ ਮਾਨਸਾ ਤੋਂ ਹੈ ਜਿੱਥੇ ਟਕਸਾਲੀ ਕਾਂਗਰਸੀ ਕਾਂਗਰਸ ਹਾਈਕਮਾਨ ਤੋਂ ਨਾਰਾਜ਼ ਨਜ਼ਰ ਆ ਰਹੇ ਨੇ। ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਤਰਜੀਹ ਦੇਣ ਤੋਂ ਭੜਕੇ ਟਕਸਾਲੀ ਕਾਂਗਰਸੀਆਂ ਨੇ ਮਾਨਸਾ ਦੇ ਵਿੱਚ ਮੂਸੇਵਾਲੇ ਦੇ ਖਿਲਾਫ ਝੰਡਾ ਚੁੱਕ ਲਿਆ। ਬੇਸ਼ੱਕ ਪਾਰਟੀ ਦੇ ਵਿੱਚ ਹੁੰਦਿਆਂ ਕਾਂਗਰਸੀਆਂ ਦੇ ਆਪਸ ਦੇ ਵਿੱਚ ਵਖਰੇਵੇਂ ਹੋਣ, ਪਰ ਮੂਸੇਵਾਲੇ ਦੇ ਖਿਲਾਫ ਕਾਂਗਰਸੀ ਲੀਡਰ ਇੱਕ ਮੋਰੀ ਨਿਕਲ ਗਏ ਨੇ। ਕਾਂਗਰਸ ਲੀਡਰਾਂ ਦੇ ਪੈਂਤੜੇ ਨੇ ਮਾਨਸਾ ਦੀ ਸਿਆਸਤ ਨੂੰ ਮੁੜ ਗਰਮਾ ਦਿੱਤਾ। ਹੁਣ ਮਾਨਸਾ ਦੇ ਕਾਂਗਰਸੀ ਲੀਡਰ ਇੱਕ ਪਾਸੇ ਨੇ, ਜਦਕਿ ਸਿੱਧੂ ਮੂਸੇਵਾਲਾ ਤੇ ਕਾਂਗਰਸ ਦੀ ਸੂਬਾ ਲੀਡਰਸ਼ਿਪ ਇੱਕ ਪਾਸੇ ਹੈ। ਸਿੱਧੂ ਮੂਸੇਵਾਲੇ ਖਿਲਾਫ ਮੁਹਿੰਮ ਮਰਹੂਮ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਨੇ ਛੇੜੀ ਹੈ। ਗਾਗੋਵਾਲ ਦਾ ਪਰਿਵਾਰ ਸਿਆਸੀ ਹਲਕਿਆਂ ਦੇ ਵਿੱਚ ਵੱਡਾ ਸਨਮਾਨ ਹੈ, ਜਿਨ੍ਹਾਂ ਨੇ ਖੁਦ ਮੰਤਰੀ ਬਣਨ ਦੀ ਥਾਂ ਮਾਨਸਾ ਨੂੰ ਜ਼ਿਲ੍ਹਾ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਗਾਗੋਵਾਲ ਦੀ ਸਿਆਸੀ ਵਿਰਾਸਤ ਨੂੰ ਗੁਰਪ੍ਰੀਤ ਸਿੰਘ ਗਾਗੋਵਾਲ ਤੇ ਪੋਤਰਾ ਅਰਸ਼ਦੀਪ ਸਿੰਘ ਉਰਫ ਮਾਈਕਲ ਗਾਗੋਵਾਲ ਸੰਭਾਲ ਰਹੇ ਨੇ। ਗਾਗੋਵਾਲ ਪਰਿਵਾਰ ਨੇ ਸ਼ੁੱਕਰਵਾਰ ਨੂੰ ਮਾਨਸਾ ਦੇ ਵਿੱਚ ਆਪਣੀ ਤਾਕਤ ਦਾ ਵਿਖਾਵਾ ਕੀਤਾ, ਮੂਸੇਵਾਲੇ ਖਿਲਾਫ ਲੜਾਈ ਦਾ ਬਿਗਲ ਵਜਾਇਆ। ਵੱਡੀ ਗੱਲ ਜੋ ਤਸਵੀਰਾਂ ਦੱਸਦੀਆਂ ਨੇ ਕਿ ਠੰਡ ਦੇ ਬਾਵਜੂਦ ਗਾਗੋਵਾਲ ਪਰਿਵਾਰ ਦੇ ਇਸ ਸ਼ਕਤੀ ਪ੍ਰਦਰਸ਼ਨ ਵਿੱਚ ਪਿੰਡਾਂ ਤੋਂ ਲੋਕ ਵਹੀਰਾਂ ਘੱਤ ਕੇ ਪਹੁੰਚੇ। ਮਾਨਸਾ ਦੀ ਅਨਾਜ ਮੰਡੀ ਵਿੱਚ ਦੂਰ ਦੂਰ ਤੱਕ ਲੋਕ ਦਿਖਾਈ ਦੇ ਰਹੇ ਸੀ। ਗਾਗੋਵਾਲ ਪਰਿਵਾਰ ਦੇ ਸਮਰਥਕਾਂ ਨੇ ਪਰਿਵਾਰਕ ਮੈਂਬਰਾਂ ਦੀ ਪਿੱਠ ਥਾਪੜੀ ਤੇ ਸਾਥ ਦੇਣ ਦਾ ਭਰੋਸਾ ਦਵਾਇਆ। ਰੈਲੀ ਦੇ ਵਿੱਚ ਬੁਲਾਰਿਆਂ ਦੀ ਸੁਰ ਕਾਫੀ ਤਿੱਖੀ ਰਹੀ, ਜਿਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਦੇ ਵਿੱਚ ਕਾਂਗਰਸ ਹਾਈਕਮਾਂਡ ਨੂੰ ਨਸੀਹਤਾਂ ਵੀ ਦਿੱਤੀਆਂ। ਉਹਨਾਂ ਨੇ ਕਿਹਾ ਕਿ ਜੇਕਰ ਇਸ ਵਾਰ ਸਥਾਨਕ ਕਾਂਗਰਸੀ ਲੀਡਰ ਟਕਸਾਲੀ ਅਣਗੌਲੇ ਕੀਤੇ ਤਾਂ ਪਾਰਟੀ ਨੂੰ ਲੈਣੇ ਦੇ ਦੇਣੇ ਪੈ ਸਕਦੇ ਨੇ। ਸਿੱਧੂ ਮੂਸੇਵਾਲੇ ਨੂੰ ਹਾਕਮ ਧਿਰ ਵੱਲੋਂ ਦਿੱਤੀ ਜਾ ਰਹੀ ਅਹਿਮੀਅਤ ਤੋਂ ਬਾਅਦ ਨਾਰਾਜ਼ ਹੋਏ ਟਕਸਾਲੀਆਂ ਅਤੇ ਉਹਨਾਂ ਦੇ ਹਮਾਇਤੀਆਂ ਦੇ ਕਾਰਨ ਕਾਂਗਰਸ ਪਾਰਟੀ ਵਿੱਚ ਬਣੀ ਬਗਾਵਤ ਵਰਗੀ ਸਥਿਤੀ ਨੇ ਦੱਸ ਦਿੱਤਾ ਕਿ ਗਾਇਕੀ ਵਿੱਚ ਮੂਸੇਵਾਲਾ ਭਾਵੇਂ ਝੰਡੇ ਗੱਡਣ ਦਾ ਦਾਅਵਾ ਕਰਦਾ ਹੋਵੇ, ਪਰ ਮਾਨਸਾ ਦੇ ਚੋਣ ਮੈਦਾਨ ਦੇ ਵਿੱਚ ਸਿਆਸੀ ਸੁਰਾਂ ਕੱਢਣੀਆਂ ਇੰਨੀਆਂ ਸੌਖੀਆਂ ਨਹੀਂ। ਇਕੱਠ ਨੂੰ ਸੰਬੋਧਨ ਕਰਦਿਆਂ ਸ਼ੇਰ ਸਿੰਘ ਗਾਗੋਵਾਲ ਦੀ ਨੂੰਹ ਗੁਰਪ੍ਰੀਤ ਕੌਰ ਗਾਗੋਵਾਲ ਨੇ ਕਿਹਾ ਕਿ ਸਾਡਾ ਪਰਿਵਾਰ ਪਿਛਲੀਆਂ 3 ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ, ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ, ਕਦੇ ਵੀ ਦਲ ਬਦਲੀ ਵਰਗਾ ਦਾਗ ਨਹੀਂ ਅਸੀਂ ਲਵਾਇਆ। ਉਹਨਾਂ ਇਹ ਵੀ ਕਿਹਾ ਕਿ ਵਿਰੋਧੀ ਸਰਕਾਰ ਹੁੰਦੇ ਹੋਏ ਸਾਡੇ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਵੀ ਝੱਲਣੀਆਂ ਪਈਆਂ, ਪਰ ਅਸੀਂ ਪਾਰਟੀ ਨੂੰ ਕਦੇ ਪਿੱਠ ਨਹੀਂ ਦਿਖਾਈ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਮੈਂਬਰ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦਾ ਕਹਿਣਾ ਸੀ ਕਿ ਇਕੱਠ ਨੇ ਦੱਸ ਦਿੱਤਾ ਕਿ ਮਾਨਸਾ ਹਲਕੇ ਦੀ ਉਮੀਦਵਾਰੀ ਲਈ ਗਾਗੋਵਾਲ ਪਰਿਵਾਰ ਹੀ ਹੱਕਦਾਰ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਹਾਈਕਮਾਂਡ ਕਿਸੇ ਬਾਹਰੀ ਉਮੀਦਵਾਰ ਨੂੰ ਨਿਵਾਜਦੀ ਹੈ ਤਾਂ ਇਸਦੇ ਸਿੱਟੇ ਬੇਹੱਦ ਨੁਕਸਾਨ ਵਾਲੇ ਹੋ ਸਕਦੇ ਨੇ। ਮਕਸਦ ਸਾਡਾ ਇਹ ਹੈ ਜੀ ਵੀ ਸਾਡੀ ਹਰ ਵਾਰ ਟਿਕਟ ਹੋਰ ਕਿਸੇ ਦੇ ਮਤਲਬ ਹਿੱਸੇ ਜਾਂਦੀ ਹੈ, ਤਾਂ ਅਸੀਂ ਹਾਈਕਮਾਂਡ ਨੂੰ ਬੇਨਤੀ ਕਰਦੇ ਹਾਂ ਵੀ ਸਾਡੀ ਟਿਕਟ ਸਾਡੇ ਗਾਗੋਵਾਲ ਪਰਿਵਾਰ ਨੂੰ ਚਾਹੀਦੀ ਹੈ। ਸਾਨੂੰ ਕੋਈ 9-11 ਨਹੀਂ ਚਾਹੀਦਾ। ਜੇ ਕੋਈ 9-11 ਭੇਜਿਆ ਸੀ ਧੂੰਆਂ ਮਰਵਾ ਦਿਆਂਗੇ, ਪਵਾ ਕੇ ਦੇਖਿਓ ਆਸ਼ੇ ਨਾਲ ਟੋਚਣ। ਜੇ ਨਾ ਧੂੰਆਂ ਮਰਵਾਤਾ ਤਾਂ ਇਹਦੇ ਪਿੰਡੋਂ ਖੁਦਕੁਸ਼ੀਆਂ ਹੁੰਦੀਆਂ ਨੇ, ਇਹਦੇ ਪਿੰਡੋਂ ਅੱਜ ਅਸੀਂ ਕੋਈ ਬੁਲਾਈਆਂ ਨਹੀਂ ਸੀ। ਆਪ ਆਪਦੇ ਕਿਰਾਏ 'ਤੇ ਬੱਸਾਂ ਭਰ ਕੇ ਮੂਸੇ ਪਿੰਡ ਤੋਂ ਆਈਆਂ ਨੇ, 3 ਬੱਸਾਂ ਭਰ ਕੇ। ਜੇ ਇੰਨਾ ਚੰਗਾ ਹੁੰਦਾ ਪਿੰਡ ਦਾ ਸਰਪੰਚ ਹੈ ਉੱਥੇ ਕਰ ਲਏ ਜਿਹੜਾ ਕੁਛ ਕਰਨਾ। ਇਸ ਕਰਕੇ ਅਸੀਂ ਹਾਈਕਮਾਂਡ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਤਿਹਾਸ ਦਰੋਂ 'ਤੇ ਮਜਬੂਰ ਨਾ ਕਰਿਓ। ਜੇ ਹਾਈਕਮਾਂਡ ਨੂੰ ਅਸੀਂ ਦੱਸ ਦਈਏ ਕਿ 1980 ਵਾਲਾ ਤਰਲੋਚਨ ਸਿੰਘ ਰਿਆਸਤੀ ਦਾ ਇਤਿਹਾਸ ਪੜ੍ਹ ਲੈਣ, 2002 ਵਾਲਾ ਗਾਗੋਵਾਲ ਸਾਹਿਬ ਦਾ ਇਤਿਹਾਸ ਪੜ੍ਹ ਲੈਣ, ਠੀਕ ਹੈ। ਅਸੀਂ ਹਾਈਕਮਾਂਡ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਵੀ ਜਾਂ ਤਾਂ ਗਾਗੋਵਾਲ ਪਰਿਵਾਰ ਨੂੰ ਟਿਕਟ ਦੇ ਦਿਓ, ਨਹੀਂ ਅਸੀਂ ਇੱਥੇ ਧੂੰਆਂ ਮਰਵਾ ਦਿਆਂਗੇ 9-11 ਦਾ। ਫਿਰ ਨਾਥੋਂ ਦੱਸਿਆ ਨਹੀਂ। ਗਾਗੋਵਾਲ ਪਰਿਵਾਰ ਦੀ ਵਿਰੋਧਤਾ ਤੋਂ ਬਾਅਦ ਇਹ ਮਾਮਲਾ ਖਤਮ ਨਹੀਂ ਹੁੰਦਾ। ਕਾਂਗਰਸੀ ਲੀਡਰ ਚਸ਼ਪਿੰਦਰ ਸਿੰਘ ਚਹਿਲ ਨੇ ਵੀ ਮੂਸੇਵਾਲੇ ਖਿਲਾਫ ਸਿਆਸੀ ਤਾਲ ਠੋਕਣ ਦਾ ਐਲਾਨ ਕਰ ਦਿੱਤਾ। ਚਹਿਲ ਨੇ ਪੱਤਰਕਾਰਾਂ ਦੇ ਕੋਲ ਆਉਂਦੇ ਦਿਨੀ ਕੀਤੀ ਜਾਣ ਵਾਲੀ ਰੈਲੀ ਦੀ ਪੁਸ਼ਟੀ ਕੀਤੀ ਹੈ ਤੇ ਸਥਾਨਕ ਕਾਂਗਰਸੀ ਲੀਡਰ ਨੂੰ ਉਮੀਦਵਾਰ ਬਣਾਉਣ ਦੀ ਸਲਾਹ ਦਿੱਤੀ ਹੈ। ਸਵਾਲ ਹੈ ਤਾਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਏ ਨਾਜਰ ਸਿੰਘ ਮਾਨਸ਼ਾਹੀਆ ਦੇ ਪੱਤੇ ਬਾਕੀ ਨੇ ਜੋ ਪਹਿਲਾਂ ਹਲਕੇ ਦੇ ਵਿੱਚ ਵਿਚਰਦੇ ਆ ਰਹੇ ਨੇ। ਮੂਸੇਵਾਲੇ ਨੂੰ ਦਿੱਤੀ ਜਾ ਰਹੀ ਤਰਜੀਹ ਤੋਂ ਬਾਅਦ ਮਾਨਸ਼ਾਹੀਆ ਨੇ ਅਚਾਨਕ ਭੇਦ ਭਰੀ ਚੁੱਪ ਵੀ ਧਾਰ ਲਈ ਹੈ, ਜਿਸ ਦੇ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੋਣ ਦੇ ਚਰਚੇ ਨੇ।